ਪਲਾਕ ਪੁਲਾਂ ਦਾ ਵਿਊ, ਟਰੱਕਾਂ ਤਾਂ ਬੱਸਾਂ ਦੇ ਪਾਪੇ ਜੇ ਰਹੇ ਤੇ ਦਰਿਆ ਵਿੱਚ ਕਾਫੀ ਬੰਦੇ ਜਿਹੜੇ ਜੀ ਉਹ ਡੁੱਬੇ। ਚੱਲੇ ਹਾਂ ਜੀ ਚੱਕਸਵਾੜੀ, ਚੱਕਸਵਾੜੀ ਕਾਲੋਨੀ ਚੌਕ ਡਿਆਲਾ, ਫਾਈਨਲੀ ਚੱਕਸਵਾੜੀ ਬਾਜ਼ਾਰ ਅਸਾਂ ਪਹੁੰਚੀ ਆਏ ਹਾਂ ਜੀ। ਚੱਕ ਗ੍ਰਾਂਟ ਸੀ ਨਾ, ਉੱਥੇ ਇੱਕ ਬਾਵਾ ਹੋਣਾ ਸੀ, ਸਾਨੂੰ ਸੀ ਸਵਾਰੀ, ਉਸਨੇ ਫਿਰ ਨਾ ਭਰਨਾ ਪੂਰਾ ਚੱਕਸਵਾੜੀ ਬੰਦਾ ਸੀ, ਚੱਕਸਵਾੜੀ ਨਾ ਪਿਆ ਸੀ। ਚੱਕਸਵਾੜੀ ਨੇ ਗੋਲਡ ਬਿਲਡਿੰਗ, ਮਾਸ਼ਾਅੱਲਾ ਇਸ ਬਿਲਡਿੰਗ ਦੇ ਲੋਕ ਬੜੇ ਬੜੇ ਦੂਰੋਂ ਤੱਕ ਸਾਥ ਹੈ ਜੀ, ਬਹੁਤ ਹੀ ਖੂਬਸੂਰਤ ਬਿਲਡਿੰਗ ਹੈ ਜੀ। ਰਾਸ਼ਦ ਸ਼ਬੀਰ ਜੀ ਮਾੜੇ ਦੋਸਤੋ, ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਰੇ ਠੀਕ ਠਾਕ ਹੋ, ਸੋ ਖੁਸ਼ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ। ਮੈਂ ਰਾਸ਼ਦ ਸ਼ਬੀਰ, ਸੋ ਤਕੀਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ, ਅੱਜ ਸੋਣੀ ਖਿਦਮਤ ਫਿਰ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਕਿਣੀ ਤਾਂ ਮੌਸਮ ਜਿਹੜਾ ਜੀ ਅੱਜ ਸਹੀ ਸਾਫ ਸੁਥਰਾ ਹੈ, ਇਹ ਜਿਹੜੀਆਂ ਚਿੱਟੀਆਂ ਚਿੱਟੀਆਂ ਪੱਟੀਆਂ ਬਣੀ ਰਹੀਆਂ, ਇਹ ਮਾਸ਼ਾਅੱਲਾ ਜਿਹਾ ਵਿਊ ਬਣਾਈ ਰਹੀਆਂ ਜੀ, ਉਹ ਤਾਂ ਬਹੁਤ ਹੀ ਖੂਬਸੂਰਤ ਬਣਾਈ ਰਹੀਆਂ, ਯਾਨੀ ਕਿ ਅੱਜ ਜਿਹੜਾ ਆਇਆ ਜੀ ਉਹ ਮੌਸਮ ਉਹ ਸਹੀ ਸਾਫ ਸੁਥਰਾ, ਬੰਦਾ ਅੱਗੇ ਪਿੱਛਾ ਵੀ ਜੇ ਸਕਣਾ ਤਾਂ ਇੱਥੇ ਬਾਹਰ ਨਿਕਲਣਾ ਚਾਹੀਦਾ, ਤਾਂ ਵੀ ਬਾਹਰ ਨਿਕਲੀ ਸਕਣਾ, ਕਣਕਾਂ ਕੱਟਣਾ ਚਾਹੀਦਾ, ਕਣਕਾਂ ਵੀ ਕੱਟੀ ਸਕਣਾ। ਹੁਣ ਸਾਂ ਤੱਕਣੇ ਉਸ ਮੈਰੀਆਂ 'ਚ ਕਣਕਾਂ ਸੜਕਾਂ ਕਟਾਈ ਹੋਈ ਰਹੀਆਂ, ਇਹ ਬਾੜੀ ਤਾਂ ਕੱਟਣ ਗਈ ਆ, ਉਹ ਪਾਵਰ ਸਾਂ ਤੱਕਣੇ ਉਸ ਉੱਥੇ ਕਣਕ ਸ਼ਣਕ ਜਿਹੜੀ ਆਇਆ ਜੀ ਉਹ ਸਤਰਾ ਜਿਹਾ ਖਲਤੀ ਵੀ ਆ, ਤਾਂ ਇਹਦੇ ਵਿੱਚ ਸਾਂ ਇੱਧਰ ਫਿਰੋ ਉਹ ਕਿਕਰਾਂ ਵਿੱਚ ਸੰਗੀ ਟਰਫਟਲ ਲਗਾ ਨਜ਼ਰ ਰੱਖਣਾ ਉਸ ਆ, ਉਹ ਵੀ ਉੱਥੇ ਪਾਰ ਕਣਕਾਂ ਦੀ ਕਟਾਈ ਕਰੀ ਰਿਹਾ। ਅੱਜ ਕੱਲ੍ਹ ਜਿਹਾ ਸਿਸਟਮ ਹੋ ਗਿਆ ਜੀ ਉਹ ਥੋੜ੍ਹਾ ਕੱਟ ਅਤੇ ਮਸ਼ੀਨਾਂ ਵਾਲਾ ਜ਼ਿਆਦਾ ਹੀ ਗਿਆ, ਲੋਕ ਆਖਣੇ ਥੋੜ੍ਹੇ ਟਾਈਮ ਹੀ ਨਹੀਂ ਜ਼ਿਆਦਾ ਬਾੜੀ ਕੱਟਣ ਜਾ, ਤਾਂ ਔਰ ਇੱਕਾ ਦੀ ਆਈ ਸਾਰਾ ਕੁਝ ਸਿਸਟਮ ਹੋ ਗਿਆ, ਜ਼ਹਿਰ ਹੈ ਮਸ਼ੀਨੀ ਦੌੜ ਹੈ, ਤਾਂ ਇਹ ਸਿਸਟਮ ਹੋਈ ਵੀ ਜਿਹੜਾ ਅਗਰ ਬਾਰਿਸ਼ਾਂ ਨਾ ਹੋਣ ਤਾਂ ਬਾਰਿਸ਼ਾਂ ਹੋਈਆਂ ਸਨ ਤਾਂ ਫਿਰ ਇਸ ਤਰ੍ਹਾਂ ਬੱਗੀਆਂ ਛੱਗੀਆਂ ਵੀ ਲਾਉਣੀਆਂ ਪਈਆਂ, ਉਹ ਪਰਸੋਂ ਤੱਕ ਉੱਥੇ ਵੀ ਬੱਗੀਆਂ ਛੱਗੀਆਂ ਲਈਆਂ, ਇਹ ਬੱਗੀਆਂ ਇਸ ਮਾਣੀਆਂ ਲਾਈਆਂ ਕਿ ਗੱਡੀਆਂ ਕੀ ਸੀਕ ਨਾ ਲੱਗੀ ਜਾਏ, ਇਹ ਪਰਸੋਂ ਤੱਕ ਸੋਇਆ ਠੀਕ ਹੈ, ਅਤੇ ਨੀਚੇ ਵਾਲੀ ਸੈਰ ਸਰੋ ਤਾਂ ਇਹ ਖਰਾਬ ਹੋ ਜਾਣੀ ਆ, ਕਿਉਂਕਿ ਅਸੋਂ ਤੱਕ ਸੋਇਆ ਨੀਚਾ ਉਸ ਤਰ੍ਹਾਂ ਜਿਹਾ ਬੱਤਰ ਹੈ, ਤਾਂ ਸੀਕ ਜਿਹੜੀ ਪੈਣੀ ਨਾ ਜੀ ਉਹ ਨਵੀਂ ਵਾਲੀ ਜਵਾਬ ਪੈਣੀ ਆ, ਹੋਰ ਕਿਧਰ ਪੈਣੀ ਵੀ ਨਹੀਂ ਹੈ, ਗਾਂ ਜਿਹੜੀ ਜੀ ਇੱਥੇ ਲੱਗੀ ਵੀ ਆ, ਚਿਰਾ ਛਿਰਾ ਕਰੀ ਵੀ ਆ, ਤਾਂ ਨਾਲ ਹੀ ਆ ਵੇਖੋ ਆ ਤੁਸੀਂ ਇੱਥੇ ਲੱਗੀਆਂ ਜੀ ਬੱਕਰੀਆਂ ਵੀ, ਤਾਂ ਬੱਕਰੀਆਂ ਵੀ ਚਿਰਾ ਛਿਰਾ ਕਰੀ ਰਹੀਆਂ, ਤਾਂ ਖਾਈ ਪੀ ਰਹੀਆਂ, ਤਾਂ ਇੰਜੋਏ ਕਰੀ ਰਹੀਆਂ। ਇਸ ਵੇਲੇ ਚੌਂਕ ਨਾਲ ਵਿਊ ਇੱਥੇ ਅਸਾਂ ਮੋਟਰਸਾਈਕਲ ਅਕਸਰ ਖਿਲਾਉਣਾ ਪੈਣਾ, ਕਿਉਂਕਿ ਅਸਾਂ ਸੱਜਾ ਜਾਣਾ, ਅਸਾਂ ਕਿ ਮੋਟਰਸਾਈਕਲ ਇੱਥੇ ਖਿਲਾਉਣਾ ਹੀ ਪੈਣਾ ਆ, ਕਿਉਂਕਿ ਰਸ਼ ਕਾਫੀ ਜ਼ਿਆਦਾ ਹੋਣਾ, ਤਾਂ ਅਸਾਂ ਟਨ ਕਿੰਨੇ ਆ ਸੱਜੇ ਸਾਈਡ, ਉਦੋਂ ਜਿਹੜੀ ਗੱਡੀਆਂ ਪੈ ਜਾਣਗੀਆਂ ਉਹ ਵੀ ਕਾਫੀ ਪੈਣੀਆਂ, ਫਿਰ ਅਸਾਂ ਕੀ ਖਿਲਾਉਣਾ ਅਗਲੇ ਜਾ ਸਕਦਾ, ਫਿਰ ਅਸਾਂ ਤਾਂ ਇੱਧਰੋਂ ਜਾਣੀ ਆ ਜੀ ਥਾਣੇ ਵਾਲੀ ਸਾਈਡ, ਤਾਂ ਅਸਾਂ ਥਾਣੇ ਨਹੀਂ ਜਾਣਾ ਆ, ਅਸਾਂ ਸ਼ਹਿਰ ਜਾਣਾ ਜੀ, ਤਾਂ ਫਿਰ ਅਸਾਂ ਇੱਥੋਂ ਟਰਨ ਕੇ ਸਾਂ ਜੀ ਆਪਣੀ ਸਾਈਡ ਆਏ ਸਾਈਡ, ਤਾਂ ਸਿੱਧੇ ਪਹੁੰਚ ਜਾ ਸਾਂ ਜੀ ਡੱਡਿਆ, ਕਹਿ ਲਾ ਜੀ ਠੀਕ ਹੋ ਸਰ, ਠੀਕ ਹੈ, ਬਾਕੀ ਰੋਜ਼ੇ ਖਤਮ ਹੋਏ ਤਾਂ ਬਾਦਸ਼ਾਹ ਖਤਮ ਹੋ ਗਿਆ, ਮੈਰਿਜ ਹਾਲ ਜਿਹੜੇ ਆ ਜੀ ਉਹ ਵੀ ਸਟਿਲ ਸਤਰਾ ਵੀਰਾਨ ਤੇ ਆਬਾਦ ਨਹੀਂ ਹੋਏ, ਰਸ਼ ਜਿਹਾ ਇੱਥੇ ਆਇਆ ਜੀ ਉਹ ਵੀ ਘੱਟ ਹੈ, ਕੋਈ ਜ਼ਿਆਦਾ ਨਹੀਂ ਹੈ, ਮੇਨ ਮੇਨ ਚੌਂਕਾਂ ਵਿੱਚ ਰਸ਼ ਜ਼ਿਆਦਾ ਹੋਣਾ, ਅੱਗੇ ਪਿੱਛਾ ਨਹੀਂ ਹੋਣਾ। ਫਾਈਨਲੀ ਇਸ ਵੇਲੇ ਅਸਾਂ ਪਹੁੰਚੀ ਆਏ ਜੀ ਡਡਿਆਲ ਸਿਟੀ ਜ਼ਮਾਨ ਚੌਂਕ ਤੋਂ ਨਿਕਲੀ, ਤਾਂ ਡਡਿਆਲ ਸਿਟੀ ਅਸਾਂ ਸੂਰਤ ਹਾਲ ਚੱਕ ਕਈ ਕਿਲੋ ਜੀ ਰਸ਼ ਨਹੀਂ, ਸੂਰਤ ਹਾਲ ਇੱਥੇ ਕਿਹਾ ਆਵਾਮ ਅੱਗੇ ਪਿੱਛਾ ਕੌਣ ਤੱਕਣੀ ਆ, ਇਸ ਤਰ੍ਹਾਂ ਗੁਜ਼ਰੀ ਜਾਣੀ ਪਈ ਹੈ, ਗੁਜ਼ਰੀ ਜਾਣੀ ਪਈ ਹੈ, ਇਹ ਨਹੀਂ ਤੱਕਣੀ ਕਿ ਪਿੱਛੋਂ ਮੋਟਰਸਾਈਕਲ ਆਈ ਆ, ਗੱਡੀ ਆਈ ਰਹੀ ਆ, ਕੁਝ ਆਈ ਰਿਹਾ, ਰਾਟ ਵਾਟ ਸੱਕੀ ਹੋਣਾ ਪਰ ਨਹੀਂ, ਅਸਾਂ ਜਲਦੀ ਪਾਰ ਹੋਣਾ ਆ, ਮਾਸ਼ਾਅੱਲਾ ਅਸਾਂ ਰਸ਼ ਨਹੀਂ ਸੂਰਤ ਹਾਲ ਚੱਕ ਕਰੀ ਕਿੰਨਾ ਜੀ, ਬਹੁਤ ਜ਼ਿਆਦਾ ਇੱਥੇ ਰਸ਼ ਹੈ, ਕਿਉਂਕਿ ਬਾਰਿਸ਼ਾਂ ਖਤਮ ਹੋਈਆਂ, ਇਹ ਵੀ ਖਤਮ ਹੋਈ ਆ, ਜਿਹੜੇ ਵਾਹਨ ਗਏ ਸੀ ਤਾਰ ਉਹ ਵੀ ਵਾਪਸ ਆ ਹੀ ਗਿਆ, ਤਾਂ ਫਿਰ ਜ਼ਹਿਰ ਰਸ਼ ਤਾਂ ਉਹ ਸਹੀ ਹੈ, ਕਿਉਂਕਿ ਉਹਨਾਂ ਵਾਹਨ ਜਿਹੜੇ ਜੀ ਨਾਰਮਲ ਰੋਟੀ ਨਹੀਂ ਜਿਹੜੀ ਸ਼ਾਪਿੰਗ ਆ ਉਹ ਚੁੱਕੜੀ ਰਹੇ, ਔਰ ਉਹ ਤੋਂ ਜਿੱਥੇ ਤੁਸੀਂ ਜਾ ਸਕਦਾ ਤਾਂ ਦੱਸਾਂ ਕਿ ਇੱਥੇ ਰਸ਼ ਹੀ ਰਸ਼ ਨਜ਼ਰ ਅਸੀ ਆ। ਫਾਈਨਲੀ ਇਸ ਵੇਲੇ ਮੈਂ ਪਹੁੰਚੀ ਆਇਆ ਜੀ ਪਲਾਕ ਪੁਲਾ ਪਰ, ਪਲਾਕ ਪੁਲਾ ਵਿਊ, ਟਰੱਕਾਂ ਤਾਂ ਬੱਸਾਂ ਵਾਲੇ ਪਾਪੇ ਜੇ ਰਹੇ, ਤਾਂ ਨਾਲ ਹੀ ਰਕਸ਼ੇ ਵਾਲੇ ਪਾਪਾ ਉਧਰੋਂ ਆਏ ਰਹੇ, ਮਾਸ਼ਾਅੱਲਾ ਕਿਆ ਲਾ ਜੀ ਠੀਕ ਹੋ, ਤਾਂ ਨਾਲ ਹੀ ਵੇਖੋ ਤੁਸੀਂ ਖੂਨੀ ਦਰਿਆ, ਯਾਨੀ ਕਿ ਦਰਿਆਏ ਪੁੰਛ, ਇਹ ਦਰਿਆ ਸੀ ਇਸ ਵਜ੍ਹਾ ਤੋਂ ਆਉਣੇ ਹਾਂ ਜੀ, ਕਿਉਂਕਿ ਇਸ ਦਰਿਆ ਵਿੱਚ ਕਾਫੀ ਬੰਦੇ ਜਿਹੜੇ ਜੀ ਉਹ ਡੁੱਬੇ, ਯਾਨੀ ਕਿ ਉਹ ਦਰਿਆ ਜੀ ਜਿਸ ਜਾਣਾ ਕਿੰਨੀਆਂ ਹੋਈਆਂ,
ਅੱਜ ਕੱਲ੍ਹ ਸੁਣੇ ਸੁਣੀ ਪਾਣੀਆਂ ਦੀ ਸਪੀਡ ਤੱਕੀ ਕਿਨਾ ਪਾਣੀਆਂ ਦੀ ਸਪੀਡ ਕਿਹਾ ਜੀ ਪਾਣੀ ਜਿਹੜਾ ਜੀ ਅੱਜ ਕੱਲ੍ਹ ਇਸ 'ਚ ਬਹੁਤ ਜ਼ਿਆਦਾ ਆਈ ਰਿਹਾ ਔਰ ਬੜੀ ਤੇਜ਼ੀ ਨਾਲ ਆਈ ਰਿਹਾ ਮਾੜੇ ਹਾਲੇ ਆਪਾਂ ਪਹਾੜਾਂ ਵਿੱਚ ਬਾਰਿਸ਼ ਜਿਹੜੀ ਹੋਈ ਰਿਹਾ ਜੀ ਉਹ ਕਾਫੀ ਜ਼ਿਆਦਾ ਹੋਈ ਆ ਤਾਂ ਉਹ ਪਾਣੀ ਜਿਹੜਾ ਜੀ ਔਰ ਇੱਧਰ ਆਈ ਰਿਹਾ ਇਹ ਪਾਣੀ ਜਿਹੜਾ ਅੱਛਾ ਪਿਆ ਜੀ ਕੋਠੀ ਸਾਰ ਕੁਛ ਤਾਂ ਫਿਰ ਡਰੈਕਟ ਜਾਈਦਾ ਪੈਣਾ ਜੀ ਮੰਗਲਾ ਡੈਮ ਵਿੱਚ ਅੱਜ ਕੱਲ੍ਹ ਜਿੱਦਾਂ ਅਸੀਂ ਜੋ ਪਾਣੀ ਆਇਆ ਜੀ ਇਤਨਾ ਪਾਣੀ ਸੀ ਆਉਣਾ ਪਾਣੀ ਕਿਆ ਹਾਲ ਆ ਜੀ ਫਿਰੀ ਆਏ ਹੋ ਅੱਜ ਕੱਲ੍ਹ ਅਸੀਂ ਜਿਸ ਤਰ੍ਹਾਂ ਪਾਣੀ ਆਇਆ ਜੀ ਅਸੀਂ ਵੈਸੇ ਤਰ੍ਹਾਂ ਪਾਣੀ ਆਉਣਾ ਪਾਣੀ ਆ ਘੱਟੋ ਆਉਣਾ ਆ ਇਹ ਸਾਰਾ ਜਿਹਾ ਕਮਾਲ ਆਇਆ ਜੀ ਇਹ ਬਾਰਿਸ਼ਾਂ ਪਿਛਲੇ ਦਿਨ ਕਾਫੀ ਬਾਰਿਸ਼ਾਂ ਹੋਈਆਂ ਉਸ ਦੀ ਵਜ੍ਹਾ ਤੋਂ ਪਾਣੀ ਅੱਜ ਕੱਲ੍ਹ ਜ਼ਿਆਦਾ ਆਈ ਰਿਹਾ ਔਰ ਪਾਣੀਆਂ ਦੀ ਜੀ ਸਪੀਡ ਆਇਆ ਜੀ ਉਹ ਵੀ ਕਾਫੀ ਜ਼ਿਆਦਾ ਆ ਮਾਸ਼ਾਅੱਲਾ ਵਿਊ ਤੋਂ ਸਾਹ ਤੱਕ ਜੀ ਵਿਊ ਜਿਹਾ ਜੀ ਉਹ ਤਾਂ ਬਹੁਤ ਹੀ ਖੂਬਸੂਰਤ ਹੈ ਨਾਲ ਉਹਨਾਂ ਨੇ ਵਿੱਚੋਂ ਹੀ ਦਰਿਆਏ ਪੁੰਛ ਮਾਸ਼ਾਅੱਲਾ ਖੂਬਸੂਰਤੀ ਜਿਹੜੀ ਬਣੀ ਹੋਈ ਜੀ ਉਹ ਬਹੁਤ ਹੀ ਖੂਬਸੂਰਤ ਬਣੀ ਰਹੀ ਹੈ ਸੋ ਫਾਈਨਲੀ ਇਸ ਤਰ੍ਹਾਂ ਪਹੁੰਚੀ ਹੈ ਜੀ ਅਸਾਂ ਹਮੀਦਾਬਾਦ ਕਾਲੋਨੀ ਇਸੀ ਸਾਂ ਵੀ ਸਕਦੇ ਹਾਂ ਜੀ ਆਪਣਾ ਚਕਸਵਾਰੀ ਬਾਜ਼ਾਰ ਇਸਨੇ ਜੀ ਇਸ ਵੇਲੇ ਰਸ਼ ਜਿਹੜਾ ਹੈ ਜੀ ਉਹ ਘੱਟ ਹੈ ਕਿਆ ਕਿ ਦਿਹਾੜੀ ਨਾ ਟਾਈਮ ਹੈ ਆਵਾਮ ਆਰਾਮ ਕਰੀ ਰਹੀ ਹੈ ਜਿਹੜੀ ਆਰਾਮ ਨਹੀਂ ਨਾ ਕਰੀ ਰਹੀ ਉਹ ਕਣਕਾਂ ਕਟਵਾਈ ਰਹੀ ਹੈ ਕਿਉਂਕਿ ਅੱਜ ਕੱਲ੍ਹ ਸੀਜ਼ਨ ਚੱਲੀ ਰਿਹਾ ਜੀ ਕਣਕਾਂ ਨਾ ਹੋਈ ਤਾਂ ਬਾਕੀ ਅਸਾਂ ਤੱਕ ਆਵਾਮ ਜਿਹੜੀ ਗਈ ਸੀ ਮੀਰਪੁਰ ਉਹ ਵੀ ਉੱਥੋਂ ਵਾਪਸ ਆਈ ਰਹੀ ਹੈ ਉਹ ਤਾਂ ਸਾਰਾ ਦਿਸਦਾ ਪਿਆ ਪਰ ਟਰੱਕ ਸਹੀ ਨਜ਼ਰ ਨਹੀਂ ਆਈ ਲੇਕਿਨ ਟਰੱਕ ਪਾਇਆ ਹਸਪਤਾਲ ਹੋਈ ਨੇ ਫਿਰ ਆਪਣੇ ਐਕਸੀਡੈਂਟ ਹੋਈ ਗਿਆ ਜੀ ਐਕਸੀਡੈਂਟ ਹੋਈ ਗਿਆ ਟਰੱਕ ਪਰਤਣ ਗਿਆ ਕੀ ਪਰਤਣ ਹੋਣਾ ਇਸ ਲੋਡਾ ਨਹੀਂ ਵਜ੍ਹਾ ਸੋ ਬਾਕੀ ਮੈਂ ਚਕਸਵਾਰੀ ਬਾਜ਼ਾਰ ਜੋ ਲੁਗਾ ਹੀ ਪਿਆ ਹੋਇਆ ਕੋਈ ਆਵਾਮ ਅਸੀਂ ਨਜ਼ਰ ਨਹੀਂ ਆਈ ਰਿਹਾ ਪਤਾ ਨਹੀਂ ਸਾਰੀ ਆਵਾਮ ਕੁੱਥੇ ਚਲੀ ਗਈ ਹੈ ਕਾਲੋਨੀ ਦਾ ਲੁਗੀ ਆ ਚੁੱਲੇ ਹਾਂ ਜੀ ਚਕਸਵਾਰੀ ਉੱਥੇ ਦੀ ਸੂਰਤ ਹਾਲ ਵੀ ਚੱਕ ਕਰਨੇ ਹਾਂ ਕਿ ਚਕਸਵਾਰੀ ਦੀ ਸੂਰਤ ਹਾਲ ਕਿਆ ਉਸ ਵਾਸਤੇ ਅਸੀਂ ਜਾਂ ਜਾਣਾ ਪਿਆ ਸੀ ਨਾ ਜੀ ਉਹ ਇੱਥੋਂ ਪਾਰ ਹੋਣਾ ਪਿਆ ਸੀ ਹੈ ਤਾਂ ਫਿਰ ਅਸਾਂ ਡਾਇਰੈਕਟਲੀ ਚਕਸਵਾੜੀ ਪਹੁੰਚੀ ਜਾ ਸਾਂ ਆਰਾਮ ਸਕੂਨ ਆ ਮਾਸ਼ਾਅੱਲਾ ਮਾਸ਼ਾਅੱਲਾ ਜੀ ਕਿਆ ਹੀ ਬਾਤ ਹੈ ਚਕਸਵਾੜੀ ਬਾਜ਼ਾਰਾਂ ਨੇ ਚਲੋ ਫਾਈਨਲੀ ਅਸਾਂ ਅਹਿਮਦਾਬਾਦ ਕਾਲੋਨੀ ਤੋਂ ਨਿਕਲੀ ਜਾ ਸਕਦਾ ਆਏ ਗਏ ਜੀ ਚਕਸਵਾੜੀ ਬਾਜ਼ਾਰਾਂ ਇਹ ਸਟਾਰਟਿੰਗ ਨਾਲ ਚਕਸਵਾੜੀ ਬਾਜ਼ਾਰ ਹੈ ਜੀ ਇੱਥਾਂ ਦਾ ਚਕਸਵਾੜੀ ਬਾਜ਼ਾਰ ਨਾ ਹੋਣੇ ਨੇ ਬਰਾਬਰ ਹੀ ਆ ਅੱਗੇ ਜੁਲਨੇ ਆ ਉੱਥੇ ਚੱਕ ਕਰਨੇ ਆ ਚਕਸਵਾੜੀ ਬਾਜ਼ਾਰ 'ਚ ਰਸ਼ ਹੈ ਜਾਂ ਨਹੀਂ ਆ ਸਟਾਰਟਿੰਗ ਹੀ ਤਾਂ ਅਸਾਂ ਵੀ ਸਾਰਾ ਹੀ ਚਕਸਵਾੜੀ ਬਾਜ਼ਾਰ ਲੁਗਾ ਨਜ਼ਰ ਆਈ ਗਿਆ ਅਸਲੀ ਇਹਦੇ ਦਿਹਾੜੇ ਗੁਜ਼ਰੀ ਗਏ ਜੀ ਆਵਾਮ ਜਿਹੜੀ ਹੋਈ ਨਾ ਜੀ ਉਹ ਇਹਦੇ ਦਿਹਾੜੀ ਤਾਂ ਜ਼ਿਆਦਾ ਹੋਣੀ ਆ ਸ਼ਾਪਿੰਗ ਵਾਲਾ ਕਰਨੀ ਆ ਯਾਰ ਇਹਦੇ ਤੋਂ ਹਰ ਬੰਦਾ ਕੱਪੜੇ ਲਾਉਣਾ ਜੁੱਤੀਆਂ ਲਾਉਣਾ ਆ ਮੇਕਅਪ ਕਰਨਾ ਆ ਤਾਂ ਫਿਰ ਰੈਸਟ ਹਾਊਸ ਹੀ ਹੈ ਤਾਂ ਚਕਸਵਾੜੀ ਬਾਜ਼ਾਰ ਟੋਟਲੀ ਲੁਗਾ ਜੀ ਕੋਈ ਆਵਾਮ ਸੰਗੀ ਤਾਂ ਨਜ਼ਰ ਨਹੀਂ ਆ ਰਹੀ ਆ ਅਕਸਰੀਅਤ ਦੁਕਾਨਾਂ ਜਿਹੜੀਆਂ ਜੀ ਉਹ ਵੀ ਬੰਦ ਆ ਦਿਹਾੜੀ ਦਾ ਟਾਈਮ ਹੈ ਮੇ ਵੀ ਆਵਾਮ ਆਰਾਮ ਕਰਨੇ ਤਾਂ ਗਈ ਹੈ ਕਾਰ ਪਰ ਅੱਲਾਹ ਅੱਜ ਕੱਲ੍ਹ ਜਿਸ ਤਰ੍ਹਾਂ ਕਿ ਆਰਾਮ ਕਰਨੇ ਤਾਂ ਗਈ ਆ ਜਾਂ ਕੋਈ ਗਈ ਆ ਅੱਲਾਹ ਜੀ ਅਸਾਂ ਇਸ ਵੇਲੇ ਪਹੁੰਚੇ ਹਾਂ ਜੀ ਚਕਸਵਾੜੀ ਚੌਕ ਵਿੱਚ ਇੱਥੇ ਵੀ ਆਵਾਮ ਅਸਾਂ ਕਿ ਕੋਈ ਨਹੀਂ ਨਜ਼ਰ ਆ ਰਹੀ ਆ ਕੋਈ ਨਹੀਂ ਇੱਥੇ ਬੜਾ ਰਸ਼ ਹੋਣਾ ਪਰ ਇੱਥੇ ਵੀ ਅੱਜ ਰਸ਼ ਕੋਈ ਨਾ ਹੋਣੇ ਨੇ ਬਰਾਬਰ ਰਸ਼ ਹੈ ਹਰ ਅਸਾਂ ਕੰਮ ਹੈ ਜੀ ਸਹੀ ਚਕਸਵਾੜੀ ਬਾਜ਼ਾਰ ਚੱਕ ਕਰਾਉਣਾ ਫਾਈਨਲੀ ਚਕਸਵਾੜੀ ਬਾਜ਼ਾਰ ਅਸਾਂ ਪਹੁੰਚੀ ਆਏ ਹਾਂ ਜੀ ਉਹ ਪਾਰ ਸਾਂ ਤੱਕ ਅਸਾਂ ਕਿੱਥੇ ਨਜ਼ਰ ਰੱਖਣਾ ਜੀ ਰਫਿਆਲ ਹੋਟਲ ਤੋਂ ਨਾਲ ਹੀ ਅਸਾਂ ਤੱਕ ਮਾਨੀ ਸਮੋਸਾ ਸ਼ਾਪ ਅਤੇ ਚਕਸਵਾੜੀ ਇੱਥੋਂ ਤਾਂ ਅੱਛਾ ਨਾ ਜੋਟ ਆ ਇਹ ਹੋ ਹੀ ਨਹੀਂ ਸਕਦਾ ਇਹ ਜਿਹੜੀ ਚੀਜ਼ਾਂ ਹੈਗੀਆਂ ਨੇ ਜੀ ਇਹ ਸ਼ਾਪਾਂ ਜਿਹੜੀਆਂ ਹੈ ਨਾ ਉਹ ਬਹੁਤ ਹੀ ਫੇਮਸ ਹੈ ਤਾਂ ਬਾਕੀ ਚਕਸਵਾੜੀ ਦਾ ਬਾਜ਼ਾਰ ਹੈ ਜੀ ਉਹ ਇਹਦਾ ਪਾਰ ਸਾਹਮਣੇ ਹੈ ਚਕਸਵਾੜੀ ਨੇ ਗੋਲਡ ਬਿਲਡਿੰਗ ਮਾਸ਼ਾਅੱਲਾ ਇਸ ਬਿਲਡਿੰਗ ਦੀ ਲੋਕ ਬੜੇ ਬੜੇ ਦੂਰੋਂ ਤੱਕ ਸਾਚੀਆਂ ਜੀ ਬਹੁਤ ਹੀ ਖੂਬਸੂਰਤ ਬਿਲਡਿੰਗ ਹੈ ਜੀ ਜ਼ਿਆਦਾ ਚੀਜ਼ ਖੂਬਸੂਰਤ ਆ ਤਾਂ ਵਾਹ ਦੂਰੋਂ ਅਸੀਂ ਆ ਨਹੀਂ ਜੀ ਤੱਕਣੇ ਵਾਸਤੇ ਤਾਂ ਅੱਜ ਚਕਸਵਾੜੀ ਬਾਜ਼ਾਰ ਜੀ ਜਿਹੜਾ ਰਸ਼ ਹੈ ਜੀ ਉਹ ਨਾ ਹੋਣੇ ਨੇ ਬਰਾਬਰ ਹੈ ਆਵਾਮ ਜਿਹੜੀ ਇੱਥੋਂ ਲੰਘੀ ਰਹੀ ਜੀ ਉਹ ਉੱਕੀ ਦੁੱਕੀ ਲੰਘੀ ਰਹੀ ਆ ਮਾਸ਼ਾਅੱਲਾ ਇਸ ਬਿਲਡਿੰਗ ਦਾ ਵਿਊ ਹੈ ਜੀ ਉਹ ਸਾਹਮਣੇ ਬਹੁਤ ਹੀ ਖੂਬਸੂਰਤ ਹੈ ਮੈਂ ਕਿਹਾ ਬਾਤ ਹੈ ਸਾਡੇ ਕੋਲ ਇਹ ਰੇਤ ਜਿਹੜੀ ਆ ਜੀ ਇਹ ਕੁਦਰਾ ਵੀ ਨਹੀਂ ਬੰਦ ਹੋਈ ਇਹ ਸਾਂ ਜਿਹੜਾ ਮਰਜ਼ੀ ਲੱਗੇ ਜਾਂ ਇਹ ਰੇਤ ਤਾਂ ਨਿਕਲੀ ਆ ਕਿ ਬੰਗਲਾ ਡੇਰਾ ਏਰੀਆ ਲੱਗਣਾ ਜੀ ਉਹ ਹਰ ਜਗ੍ਹਾ ਲੱਗਣਾ ਸਿਰਫ ਡਿਗਿਆਲੀ ਨਹੀਂ ਲੱਗਣਾ ਚਕਸਵਾੜੀ 'ਚ ਵੀ ਲੱਗਣਾ ਇਹ ਜਿਹਾ ਸਵੀਟ ਬੇਕਰ ਹੈ ਜੀ ਜਾਨ ਜਲਵਾ ਇਹ ਚਕਸਵਾੜੀ ਨਾਲ ਫੇਮਸ ਸਵੀਟ ਬੇਕਰ ਹੈ ਮਾਸ਼ਾਅੱਲਾ ਇੱਥੇ ਵਾਹ ਮੱਛੀ ਆ ਇਹਨਾਂ ਦੀਆਂ ਮਿਠਾਈਆਂ ਇੰਗਲੈਂਡ ਵੀ ਖਾਂਦੀ ਆ ਜੀ
ਤਾਂ ਚਕਸਵਾੜੀ ਬਾਜ਼ਾਰ ਦੀਆਂ ਰੋਡਾਂ ਜਿਹੜੀਆਂ ਅਜੇ ਅਜੇ ਵਿਰਾਨ ਪਈਆਂ ਕੋਈ ਆਵਾਮ ਸੁਣਦੀ ਨਾ ਗਈ ਆ ਕਿੱਧਰ ਗਈ ਆ ਆਵਾਮ ਮੈਂ ਆਪੋ ਪਛਾਣ ਹੋਇਆ ਕਿ ਆਵਾਮ ਫੇਰ ਕਿਤੇ ਆਇਆ ਆਵਾਮ ਵੀ ਲੋਨਾ ਪਿਆ ਕਿ ਆਵਾਮ ਆਇਆ ਕਿਤੇ ਆ ਗਈ ਚਕਸਵਾਈ ਤੋਂ ਨਿਕਲੇ ਤਾਂ ਆਈ ਗਿਆ ਜੀ ਹਮੀਰਾ ਬਾਦ ਕਾਲੋਨੀ ਰੌਣਕਾਂ ਕਾਲੋਨੀ ਨਹੀਂ ਆ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਾਜ਼ਾਰ ਆ ਚਾਚਾ ਵੀ ਥਾ ਆਏ ਸਪੈਸ਼ਲ ਸ਼ਾਪਿੰਗ ਕਰਨ ਵਾਸਤੇ ਅਸਲਾਮ ਵਾਲੇਕਮ ਚਾਚਾ ਵਾਲੇਕੁਮ ਸਲਾਮ ਚਾਚਾ ਚਾਚਾ ਠੀਕ ਹੋ ਠੀਕ ਹੈ ਅੱਲਾ ਦਾ ਸ਼ੁਕਰ ਕਹਿਣਾ ਮਰ ਚਾਚੇ ਦਾ ਚਾਚੇ ਦਾ ਨਾਮ ਮਮਲੂਕ ਜਾਬ ਕੇ ਜਾਸੋ ਕੇ ਜਾ ਚਕਸਵਾਰੀ ਕਾਲੋਨੀ ਚੌਕ ਦੇ ਆਲਾ ਠੀਕ ਹੈ ਜੀ ਮਾਸ਼ਾਅੱਲਾ ਜੋ ਬਾਜ਼ਾਰ ਆਇਓ ਆ ਜੀ ਕੋਈ ਦੁਕਾਨ ਆ ਜਾਂ ਵੈਸੇ ਹੀ ਆਇਓ ਪਿੰਡ ਅੱਡਾ ਇਹ ਬਸੋਂ ਨਾ ਇੱਥਾ ਇਹਨੇ ਗਰੀਬ ਕੰਮ ਕਰ ਰਿਹਾ ਇਹਨੇ ਨਜ਼ਰਾਨੀ ਰੱਖਦੀ ਉਹ ਸਾਰੇ ਸੋਹਣੇ ਅੰਡੜੇ ਜੀ ਅੰਡਰ ਉਸ ਅੱਲਾ ਤਾਲਾ ਨੇ ਸਾਰੇ ਕਹੇ ਬਸ ਚਲੋ ਇੱਕ ਰਿਜ਼ਕ ਪਨ ਲਿਖੇ ਆ ਨਾ ਮਤਲਬ ਕਿ ਬਸਾਂ ਸੋ ਅੱਗੇ ਪਿਛਾ ਭੇਜਣੇ ਉਹ ਸਭ ਬਗੈਰ ਬਸਾਂ ਅੱਗੇ ਪਿਛਾ ਨਹੀਂ ਜਾਣੀਆਂ ਹਾਂ ਨਹੀਂ ਸੋ ਪੁੱਛੀ ਦੇ ਜਾਣੇ ਮਾਸ਼ਾਅੱਲਾ ਕਿਤਨਾ ਟਾਈਮ ਹੈ ਅਸੀਂ ਕੰਮ ਕਰਨਿਆ ਇਹ ਕਾਲੋਨੀ ਚੌਕ ਜਿਹੜਾ ਆ ਚੱਚ ਕਾਲੋਨੀ ਬਾਜ਼ਾਰ ਜਿਹੜਾ ਆ ਸ਼ੁਰੂ ਜਿਸ ਤਰ੍ਹਾਂ ਸੀ ਜਾਂ ਹੁਣ ਡਿਵੈਲਪ ਹੋਇਆ ਸਾਨੂੰ ਸਿੰਗਰ ਨੇ ਜੀ ਸਾਹਿਬ ਜੀ ਦੀ ਪੜ੍ਹਾਈ ਪਈ ਆ ਕਾਫੀ ਤਕਰੀਬਨ ਡੇਢ ਡੇਢ ਦੋ ਦੋ ਫੁੱਟ ਡੇਢ ਡੇਢ ਦੋ ਦੋ ਗੱਲ ਪੜ੍ਹਾਈ ਪਈ ਆ ਇਸਨਾਂ 'ਚ ਉਸ ਤੋਂ ਬਾਅਦ ਰੋਡ ਖੁੱਲ੍ਹੀ ਹੋਈ ਆ ਦੁਕਾਨਾਂ ਸਿੱਖਣਾ ਦੇਖਣਾ ਸਾਹਮਣੇ ਆ ਪੱਟੀ ਦੀ ਪੱਟੀ ਆ ਜੀ ਇਹ ਪੱਟੀ ਦੀ ਪੱਟੀ ਕੇ ਰੋਡ ਖੁੱਲ੍ਹੇ ਜਿੱਥੇ ਅਸੀਂ ਦੋ ਲੱਗਣਾ ਸੀ ਉੱਥੇ ਚੌਕ ਪੜਦਾ ਤਕਰੀਬਨ ਚਾਰ ਸੱਤਾ ਸਾਲ ਹੁੰਦਾ ਚੌਕ ਪੜਦਾ ਤਾਂ ਬਾਕੀ ਇਸ ਜਗ੍ਹਾ ਤੋਂ ਬੱਸਾਂ ਕਿਹੜੇ ਕਿਹੜੇ ਇਲਾਕੇ ਜਾਣੀਆਂ ਜਾਂ ਹਰ ਹਰ ਸ਼ਹਿਰ ਹੀ ਜਾਣੀ ਪਾਕਿਸਤਾਨ ਦੇ ਹਰ ਸ਼ਹਿਰ ਹੀ ਜਾਣੀ ਠੀਕ ਅੱਗੇ ਆਜ਼ਾਦ ਕਸ਼ਮੀਰ ਵਿੱਚ ਆਜ਼ਾਦ ਕਸ਼ਮੀਰ 'ਚ ਵੀ ਜਾਣੀਆਂ ਨਕਿਆਲ ਜਾਣੀਆਂ ਅਤੇ ਪਾਣੀ ਜਾਣੀਆਂ ਗੋਈ ਜਾਣੀਆਂ ਚਾਚਾ ਇਹ ਬੱਸਾਂ ਜਿਹੜੀਆਂ ਜਾਣੀਆਂ ਪੁਰਾਣੇ ਦੌਰ ਵਾਲੀਆਂ ਜਾਣੀਆਂ ਜਾਂ ਅੱਜ ਕੱਲ੍ਹ ਜਾਣੀਆਂ ਕੋਸਟਰ ਨਵੇਂ ਡੱਬੇ ਜਾਣੇ ਚਾਚਾ ਮੈਂ ਜਿੱਥੇ ਕੰਮ ਕਰੀ ਰਿਹਾ ਜੀ ਬੱਸਾਂ ਨੇ ਟਿਕਾ ਜਿਹੜੇ ਦੇਣਾ ਉਹ 5 ਸਾਲ ਹੋ ਗਿਆ ਮਾਸ਼ਾਅੱਲਾ ਚੌਕ ਦੀਆਂ ਰੌਣਕਾਂ ਆਵਾਮ ਇੱਧਰੋਂ ਚਕਸਵਾੜੀ ਵਾਲੀ ਸਾਈਡ ਜਾ ਰਹੀ ਆ ਉੱਧਰੋਂ ਮਿਰਪੜ ਵਾਲੀ ਸਾਈਡ ਜਾ ਰਹੀ ਆ ਤਾਂ ਇੱਧਰੋਂ ਡਰਿਆਲ ਵਾਲੀ ਸਾਈਡ ਜਾ ਰਹੀ ਆ ਆਪਣੇ ਘਰ ਜਾਣੀ ਆ ਤਾਂ ਸਲਾਮ ਵੀ ਨਹੀਂ ਦੇਣੀ ਆ ਮਾਸ਼ਾਅੱਲਾ ਇੱਥੇ ਚੌਕ ਵਿੱਚ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰੀ ਦੁਕਾਨ ਆ ਜੀ ਨਿਊ ਪਾਕਿਜ਼ਾ ਰਿਫਰੈਸ਼ਮੈਂਟ ਮਾਸ਼ਾਅੱਲਾ ਪਾਸਾਂ ਤੱਕਾ ਜੀ ਪਾਪਾਰ ਆਵਾਮ ਕੀ ਥੋੜ੍ਹੇ ਸਮੋਸੇ ਲੈਗ ਪੀਸ ਮਟਰ ਮਠਿਆਈਆਂ ਜਲੇਬੀ ਮਾਸ਼ਾਅੱਲਾ ਮੈਂ ਪਾਪੇ ਰਾਣੀ ਦੇ ਪਕੌੜੇ ਆ ਜੋ ਬਹੁਤ ਹੀ ਫੇਮਸ ਹੈ ਆਵਾਮ ਇੱਥੇ ਜਿਹੜੀ ਸੀ ਮਾਸ਼ਾਅੱਲਾ ਬੜੇ ਬੜੇ ਦੂਰੋਂ ਅਸੀਂ ਅੱਕੀਆਂ ਕਿ ਪਾਪੇ ਰਾਣੀ ਦੀ ਦੁਕਾਨ ਆ ਜੀ ਉਹ ਚੌਕ ਨੇ ਸੈਂਟਰ ਵਿੱਚ ਮੌਜੂਦ ਹੈ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਠੀਕ ਹੋ ਸਿਹਤ ਠੀਕ ਹੈ ਪਾਪਾ ਇਸ ਵੇਲੇ ਬਿਜ਼ੀ ਹੈ ਕਾਫੀ ਅਸਲਾਮ ਵਾਲੇਕੁਮ ਜੀ ਵਿਕਾਸ ਬਾਈ ਕੀ ਹਾਲ ਹੈ ਠੀਕ ਹੋ ਸਿਹਤ ਠੀਕ ਹੈ ਅੱਜ ਅਸੀਂ ਲਾਗੇ ਜਾਏ ਤਾਂ ਮੁਲਾਕਾਤ ਸੋ ਨਾਲ ਪਹਿਲੀ ਹੈ ਗਰਮੀ ਇਸ ਵੇਲੇ ਸਰਦੀ ਆ ਜੀ ਗਰਮੀ ਹੁਣ ਕਿਥੇ ਤਾਂ ਬਾਕੀ ਕਿਆ ਕੌਣ ਗਿਆ ਉਸਾਂ ਕੀ ਜਾਣ ਨਹੀਂ ਦੇਣੇ ਆਪੋ ਨਾ ਜਾਣੇ ਠੀਕ ਹੈ ਸਿਹਤ ਖਰਾਬ ਕਿਆ ਹੋਇਆ ਨੇ ਡਾਕਟਰ ਚੋਲਾ ਕੀ ਆ ਬੋਤਲਾਂ ਜਾਂ ਟੀਕੇ ਮਿਕਸ ਹੋ ਜਾਣੇ ਮਾਸ਼ਾਅੱਲਾ ਹੋਰ ਸੁਣਾ ਚਕਸਵਾੜੀ ਨੀ ਰੌਣਕਾਂ ਸਾਰੇ ਵਜਾ ਸੁਭਾਅ ਬਾਅਦ ਆਣੇ ਤਾਂ ਬਾਕੀ ਇਸ ਵੇਲੇ ਅਸਾਂ ਕਿਸ ਜਗ੍ਹਾ ਮੌਜੂਦ ਆ ਤਾਂ ਚਕਸਵਾੜੀ ਤੋਂ ਕਿੰਨਾ ਕੁ ਦੂਰ ਹੈ ਸਿਰਫ ਤਾਂ ਪੈਦਲ ਬੰਦਾ ਲਗਾ ਜਾਵਾਂ ਦੱਸੋ ਕਿੰਨੀ ਵਾਰੀ ਗਏ ਵਾ ਪੈਟਰੋਲ ਖਤਮ ਹੋ ਜਾਣਾ ਤਾਂ ਜਾਣਾ ਜਾਂ ਵੈਸੇ ਹੀ ਨਾ ਇੱਕ ਵਾਰੀ ਪੈਟਰੋਲ ਖਤਮ ਹੋਇਆ ਨਾ ਅਸਾਂ ਵੀ ਦੇਖਿਆ ਮਨਸੂਰ ਜੱਟ ਸਾਹਿਬ ਆਏ ਸਨ ਨਾ ਉਹਨਾਂ ਫੂਕ ਮਾਰੀ ਸਾਰੇ ਪੈਟਰੋਲ ਖਤਮ ਹੋ ਗਿਆ ਫੂਕ ਮਾਰੀ ਸੀ ਆਪੋ ਗੱਡੀ ਮੁਕਾਇਆ ਸਨ ਉਹਨਾਂ ਫੂਕ ਮਾਰੀ ਨਾ ਨਾ ਨਹੀਂ ਲੱਗਦਾ ਸਾ ਆਪੋ ਸਾਂ ਪੈਟਰੋਲ ਮੁਕਾਇਆ ਸੀ ਫੂਕ ਮਾਰੀ ਨੇ ਤਾਂ ਫਿਰ ਉਹਨਾਂ ਫੂਕ ਮਰਵਾਉਣ ਤਾਂ ਆ ਹੀ ਜਾਇਆ ਨਾ ਪੈਟਰੋਲ
ਪਾਣੀ ਫਿਰ ਧੱਕਾ ਲਾਓ, ਧੱਕਾ ਲਈ ਬੰਦਾ ਖੜਿਆ ਚੁੱਪ ਹੋਈ ਤਾਂ ਫਿਰ ਆਉਂਦਾ ਫਿਰ ਮੁੜਿਆ। ਤਾਂ ਫਿਰ ਉਹਨਾਂ ਨੇ ਫੁੱਕਾਂ ਦਾ ਕਿਆ ਫਾਇਦਾ? ਕੋਈ ਫਾਇਦਾ ਨਹੀਂ ਗਾ, ਉਹਨਾਂ ਸਾਡੀ ਮਕਾਨੇ ਨਹੀਂ ਜਾਣਾ, ਉਹਨਾਂ ਨੇ ਚੀਜ਼ ਖੋਲੀ ਕਿੰਨੇ ਹੁਣ ਜੁੜਨੀ ਨਹੀਂ ਹੈ ਉਹਨਾਂ ਨੂੰ ਸਾਬ। ਅੱਛਾ ਉਹ ਚੀਜ਼ ਫਾਰਕ ਕਰਨੇ ਵਾਲੀ ਫੁੱਕ ਮਾਰਨੇ, ਆਨੇ ਵਾਲੀ ਨਹੀਂ ਮਾਰਨੇ? ਆਨੇ ਵਾਲੀ ਕੋਈ ਮਾਰਨੇ? ਠੀਕ ਹੈ। ਬਾਕੀ ਹੋਰ ਸੁਣਾਓ, ਕਿਹੜੇ ਤੁਸੀਂ ਇਲਾਕੇ 'ਚ ਹੋਣੇ ਹੋਏ ਦੁਕਾਨ? ਚੱਕ ਗ੍ਰਾਂ। ਚੱਕ ਗ੍ਰਾਂ, ਚੱਕ ਸਵਾਰੀ ਤਾਂ ਇਹ ਉਹ ਚੱਕ ਹੈ ਜਿਸ ਨੇ ਨਵੇਂ ਪਰ ਚੱਕ ਸਵਾਰੀ ਪਿਆ। ਚੱਕ ਗ੍ਰਾਂ ਸੀ ਨਾ, ਉੱਥੇ ਇੱਕ ਬਾਵਾ ਹੋਣਾ ਸੀ, ਸਾਨੂੰ ਅਸੀਂ ਸਵਾਰੀ, ਉਸਨੇ ਫਿਰ ਨਾਂ ਭਰਨਾ ਪੂਰਾ ਚੱਕ ਸਵਾਰੀ ਬੰਦਾ ਸੀ, ਚੱਕ ਸਵਾਰੀ ਨਾਂ ਪਿਆ ਸੀ। ਉਸਾਂ ਨਾਂ ਚੱਕ ਸਵਾਰੀ ਸੀ ਜ਼ਿਆਦਾ, ਉਹ ਬਾਵਾ ਫੇਮਸ ਹੈ ਸਰ, ਸਵਾਰੀ ਸੀ ਕਿ ਉਹਨਾਂ ਦੀ ਉਮਰ ਜ਼ਿਆਦਾ ਸੀ ਹੈ ਕੋਈ ਕਿਆ ਇਸ ਵਜ੍ਹਾ ਸਰ? ਚੱਕਰ ਸੀ ਉਹ ਪੁਰਾਣੇ ਦੌਰ ਦੇ ਉਸ ਵੇਲੇ। ਠੀਕ ਹੈ ਜੀ, ਹੁਣ ਤਾਂ ਮੈਂ ਚੱਕ ਸਵਾਰੀ ਸ਼ਹਿਰ ਜਿਹੜਾ ਹੈ ਜੋ ਆਜ਼ਾਦ ਕਸ਼ਮੀਰੀ ਫੇਮਸ ਹੈ, ਬਿਲਕੁਲ ਪਾਕਿਸਤਾਨੀ ਫੇਮਸ ਹੈ ਜੀ, ਬੜੇ ਬੜੇ ਦੂਰੋਂ ਇੱਥੇ ਲੋਕ ਇੱਥੇ ਫਿਰਨੇ ਤੁਰਨੇ ਸਰ। ਹਾਂ, ਸ਼ਾਪਿੰਗ ਦਾ ਏਰੀਆ ਜਿਹੜਾ ਹੈ ਕਾਫੀ ਮਸ਼ਹੂਰ ਹੈ, ਆਉਣੇ ਇੱਥੇ ਚੀਜ਼ਾਂ ਜਿਹੜੀਆਂ ਜੀ ਸਸਤੀਆਂ ਹੀ ਆ, ਪੈਸਾ ਸਾਰਾ ਸਾਰੀਆਂ ਮਹਿੰਗੀਆਂ ਹੀ ਲੱਗਣੀਆਂ ਕਰਤਾ। ਨਾ ਨਾ, ਇਹ ਮਹਿੰਗਾ ਕੁਛ ਸਾਰਾ ਹੈ। ਹਾਂ, ਡਡਿਆਲ ਕੋਟਲੀ ਨਾਲੋਂ ਮਿਰਪੁਰ ਨਾਲੇ ਕੁਛ ਸਾਰਾ ਮਹਿੰਗਾ, ਜਿੱਥੇ ਇੱਥੇ 200 ਨਹੀਂ ਆਏ ਸਮਝੋ ਇੱਥੇ 400। ਤਾਂ ਫਿਰ ਕਿਸਾ ਸਸਤੀ ਹੋਈ ਹੈ? ਅਸਾਂ ਸੱਚੀ ਸਹੀ ਵਾਹ ਨਾ, ਅਸਾਂ ਕਿੰਨੇ ਜਾਣੇ ਮਿਰਪੁਰ। ਠੀਕ ਹੈ, ਹਾਂ ਮਿਰਪੁਰ ਜਾਣੇ ਕਿੰਨੇ ਵਾਰ? ਤਾਂ ਮਿਰਪੁਰ ਲੈ ਗਿਆ ਤਾਂ ਕਿੱਥੇ ਜਾਣੇ ਅਸਾਂ? ਮਿਰਪੁਰ ਜ਼ਿਲ੍ਹਾ ਜਾਣੇ ਆ। ਉਹ ਆਣੇ ਅਸਾਂ ਇੱਥੇ ਸਸਤੀਆਂ ਆ। ਜ਼ਿਲ੍ਹੇ ਵਾਲੇ ਹੋਰ ਲੈ ਜਾਣੇ ਨਹੀਂ ਸਰ? ਇਹ ਡਡਿਆਲ ਵਾਲੇ ਆਣੇ ਕਿ ਚਕਸਵਾੜੀ ਸਸਤੀ ਹੈ ਤਾਂ ਚਕਸਵਾੜੀ ਲੈ ਆਣੇ ਤਾਂ ਨਹੀਂ ਹੈ ਤਾਂ ਉਹ ਕਿਆ ਜਾਣੇ ਮਿਰਪੁਰ? ਤਾਂ ਮਿਰਪੁਰ ਲੈ ਗਿਆ ਜਾਣੇ, ਜ਼ਿਲ੍ਹਾ ਤਾਂ ਜ਼ਿਲ੍ਹਾ ਲੈ ਗਿਆ ਤਾਂ ਲਾਹੌਰ ਜਾਣੇ ਅਸਾਂ, ਕਿੱਥੇ ਜਾਣੇ ਅਸਾਂ? ਜ਼ਰਾ ਹਰ ਇਲਾਕੇ ਦੀਆਂ ਆਪਣੀਆਂ ਚੀਜ਼ਾਂ ਆ, ਉਹ ਤਾਂ ਕਿ ਮਹਿੰਗੀਆਂ ਲੱਗਦੀਆਂ, ਮਹਿੰਗੀਆਂ ਲੱਗਦੀਆਂ ਤਾਂ ਜਾਓ ਤਾਂ ਉਸ ਚੀਜ਼ ਉੱਥੇ ਮਹਿੰਗੀ ਲੱਭਿਆ, ਮਹਿੰਗੀ ਲੱਭਿਆ ਸਿਰ ਤਾਂ ਇੱਥੇ ਬਾਅਦ ਵੀ ਬੜੇ ਮਹਿੰਗੇ ਕੱਟ ਰਹੇ ਬਾਅਦ। ਹਾਂ, ਨਾ ਸਾ ਨਾਰਮਲ ਰੇਟ ਰੱਖਿਆ ਸਾ, ਕਿਤੇ ਕਟਵਾਏ? ਹਾਂ, ਆਪ ਕੱਟਣੇ ਵੀ ਆਇਆ, ਕਟਵਾਉਣੇ ਵੀ ਆਇਆ ਸਾ, ਆਪੋ ਕੱਟਣੇ ਤਾਂ ਹੁਣੇ ਉਸ ਸਸਤੇ ਇੱਥੇ ਬਾਕੀ ਗਲਤੀ ਕੀਤਾ ਬਹੁਤ ਜਲਦੀ ਸਾਡੀ ਖਿਦਮਤ ਤੱਕ ਦੱਸੋ ਇਜਾਜ਼ਤ ਸ਼੍ਰੀ ਮਾਨ ਅੱਲਾਹ।